ਪਹਿਲਾ ਆਰਡੀਅਰ ਫੰਡ ਤੇ ਉਸ ਤੋਂ ਬਾਅਦ ਹੈਲਥ ਦੇ ਫੰਡ ਤਾਂ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਕਿ ਜਾਣਬੁੱਝ ਕੇ 26 ਜਨਵਰੀ ਤੇ ਜਿਹੜੀ ਪੰਜਾਬ ਦੀ ਚਾਕੀ ਕੱਢੀ ਜਾਣੀ ਸੀਗੀ ਉਸ ਦੇ ਉੱਤੇ ਰੋਕ ਜਿਹੜੀ ਹੈ ਉਹ ਕੇਂਦਰ ਵੱਲੋਂ ਲਗਾ ਦਿੱਤੀ ਗਈ ਹੈ ਮੇਰੇ ਨਾਲ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੀਮਾ ਸਾਹਿਬ ਕਿਉਂਕਿ ਹਮੂਮਨ ਕੋਈ ਨਾ ਕੋਈ ਵਜ੍ਹਾ ਦੱਸੀ ਜਾਂਦੀ ਹੈ ਕਿ ਇਸ ਵਜ੍ਹਾ ਕਰਕੇ ਇਸ ਸੂਬੇ ਦੀ ਝਾਕੀ ਨਹੀਂ ਕੱਢੀ ਗਈ ਪਿਛਲੀ ਵਾਰ ਵੀ ਨਹੀਂ ਕੱਢੀ ਗਈ ਇਸ ਵਾਰ ਕਿਹਦੀ ਵਜਾ ਦੱਸੀਗੀ ਇਹ ਕਿਉਂ ਨਹੀਂ ਚੱਕੀ ਜਿਹੜੀ ਕੱਢੀ ਗਈ ਕਿਉਂਕਿ ਜਾਣਕਾਰੀ ਇਹ ਵੀ ਮਿਲੀ ਕਿ ਤਿੰਨ-ਤਿੰਨ ਚੱਕੀਆਂ ਤੁਹਾਡੇ ਵੱਲੋਂ ਰੱਖੀਆਂ ਗਿਆ ਸੀਗੀਆਂ ਚਾਹੇ ਭਗਤ ਸਿੰਘ ਨੂੰ ਲੈ ਕੇ ਲੈ ਲੋ ਚਾਹੇ ਮਾਈ ਭਾਗੋ ਨੂੰ ਲੈ ਕੇ ਰੱਖ ਲੋ ਚਾਹੇ ਪੰਜਾਬ ਦੀ ਜਿਹੜਾ ਇੱਕ ਅਮੀਰ ਵਿਰਸਾ ਵਹ ਉਸ ਨੂੰ ਲੈ ਕੇ ਲੈ ਲੋ ਇਸ ਵਾਰ ਵਜਾ ਕੀ ਸੀਗੀ ਦੇਖੋ ਜਿਹੜੀ ਵੀ ਜਿਹਦੇ ਵੀ ਅਥਾਰਟੀ ਨੇ ਡਿਸਾਈਡ ਕੀਤਾਗਾ ਕੇਂਦਰ ਸਰਕਾਰ ਨੇ ਔਰ ਕੇਂਦਰ ਸਰਕਾਰ ਨੇ ਕੋਈ ਵੀ ਰੀਜਨ ਨਹੀਂ ਦੱਸਿਆ ਕੋਈ ਵੀ ਕਾਰਨ ਨਹੀਂ ਦੱਸਿਆ ਕਿ ਪੰਜਾਬ ਦੀ ਚੱਕੀ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਜਾ ਰਿਹਾ ਜਦ ਕੇ ਦੇਸ਼ ਜਾਣਦਾਗਾ ਇਹ ਸੀ ਕਿ ਜਦੋਂ ਭਗਤ ਸਿੰਘ ਦਾ ਰੋਲ ਕੀ ਸੀ ਇਸ ਦੇਸ਼ ਨੂੰ ਜਾਗਰੂਕ ਕਰਾਉਣ ਦਾ ਸੀ ਲਾਲਾ ਰਾਜਪਤਰਾਏ ਜੀ ਸਖਦੇਵ ਸਿੰਘ ਜੀ ਇਹ ਸਾਰਿਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਰੋਲ ਕੀ ਸੀ ਜਿਲ੍ਹਿਆਂ ਵਾਲੇ ਬਾਗ ਦੇ ਅੰਦਰ ਕਿਹੜਾ ਵੱਡਾ ਖੂਨੀ ਸਾਾਕਾ ਹੋਇਆ ਸੀ ਇਹ ਸਾਰੀਆਂ ਇੱਕ ਵੱਡੀਆਂ ਇਤਿਹਾਸਿਕ ਘਟਨਾਵਾਂ ਉਦੋਂ ਹੋਈਆਂ ਜਦੋਂ ਦੇਸ਼ ਮੈਂ ਸੰਬੰਧ ਦਾ ਆਜ਼ਾਦੀ ਦੀ ਜੰਗ ਲੜ ਰਿਹਾ ਸੀਗਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ਦੇ ਲੱਖਾਂ ਹੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਲਗਭਗ 95% ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੋ ਅੱਜ ਇਹ ਝਾਕੀਆਂ ਸ਼ਾਮਲ ਲਾਂ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਨਾਲ ਨਿਆਂ ਕੀਤਾਗਾ ਔਰ ਦੇਸ਼ ਦੇ ਸ਼ਹੀਦਾਂ ਦਾ અપਮਾਨ ਕੀਤਾਗਾ ਦੇਸ਼ ਦੇ ਸ਼ਹੀਦ ਜਿਹੜੇ ਉਹਦੇ ਨੂੰ ਸਾਂਝੇ ਹੁੰਦੇ ਰਗੇ ਇਹ ਨਹੀਂ ਕਿ ਪੰਜਾਬ ਦੇ ਨੇ ਪਰ ਲੇਕਿਨ ਪੰਜਾਬ ਨੂੰ ਬਿਲੋਂਗ ਕਰਦੇ ਸੀਗੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਸੀਗੇ ਤੋਂ ਅਸੀਂ ਉਹਨਾਂ ਦੀ ਚਾਕੀ ਬਣਾ ਕੇ ਸੈਂਟਰ ਨੂੰ ਭੇਜੀ ਸੀ ਸੋ ਉਹਨੂੰ ਰਿਜੈਕਟ ਕਰਨਾ ਬੀਜੇਪੀ ਦੀ ਮਾੜੀ ਸੋਚ ਦਾ ਪ੍ਰਗਟਾਵਾਗਾ ਔਰ ਸ਼ਹੀਦਾਂ ਦੇ ਪ੍ਰਤੀ અપਮਾਨ ਦਾ ਪ੍ਰਗਟਾਵਾਗਾ ਕਿ ਬੀਜੇਪੀ ਜਿਹੜੀ ਆ ਉਸ ਦੇਸ਼ ਦੇ ਸ਼ਹੀਦਾਂ ਦਾ ਮਾਨ ਕਰਦੀ ਆ ਸੋ ਸਾਰੀ ਦੁਨੀਆ ਜਾਣਦੀ ਆ ਪੂਰਾ ਦੇਸ਼ ਜਾਣਦਾ ਪੂਰੀ ਦੁਨੀਆ ਜਾਣਦੀ ਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਹਨਾਂ ਸ਼ਹੀਦਾਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ ਸੀ ਹੁਣ ਤੁਹਾਡਾ ਅਗਲਾ ਸਟੈਂਡ ਕੀ ਰਹੇਗਾ ਕਿ ਸੁਪਰੀਮ ਕੋਰਟ ਜਾਓਗੇ ਜਾਂ ਦੁਬਾਰਾ ਕੇਂਦਰ ਨੂੰ ਮਿਲੋਗੇ ਜਾਂ ਵਜਾ ਪੁੱਛੋਗੇ ਕਿ ਕੀ ਵਜਾ ਸੀਗੀ ਦੇਖੋ ਅਸੀਂ ਜਿੰਨੀਆਂ ਝਾਕੀਆਂ ਤਿਆਰ ਕੀਤੀਆਂ ਸੀਗੀਆਂ ਨਾ ਸਾਰੀਆਂ ਝਾਕੀਆਂ ਨੂੰ ਪੰਜਾਬ ਤੋਂ ਲੈ ਕੇ ਜਾਵਾਂਗੇ ਔਰ ਜਦੋਂ 26 ਜਨਵਰੀ ਦੀ ਪ੍ਰੇਡ ਪੰਜਾਬ 'ਚ ਹੋਊਗੀ ਔਰ ਉਸ ਦਿਨ ਅਸੀਂ ਸਾਰੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਬਿਲਕੁਲ ਇਦਾਂ ਪ੍ਰਦਰਸ਼ਨ ਕਰਾਂਗੇ ਬਿਲਕੁਲ ਇਹ ਝਾਕੀਆਂ ਦਿਖਾਵਾਂਗੇ ਸੋ ਪੰਜਾਬ ਦਾ ਮੈਂ ਸਮਝਦਾ ਪੰਜਾਬ ਦੇ ਲੋਕ ਇਤਿਹਾਸ ਤੋਂ ਜਾਣੂ ਨੇਗੇ ਉਹਨਾਂ ਨੂੰ ਦੁਬਾਰਾ ਇੱਕ ਵਾਰ ਮੈਂ ਸਮਝਦਾ ਰੀਕਨੈਕਟ ਕਰਨ ਲਈ ਦੁਬਾਰਾ ਉਹਨਾਂ ਨੂੰ ਦੱਸਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਵੀ ਦੱਸਾਂਗੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ ਕਿ ਕਿਸ ਤਰ੍ਹਾਂ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਖਿਲਾਫ ਮਾਨਸਿਕਤਾ ਰੱਖਦੀ ਆ ਕਿਸ ਤਰ੍ਹਾਂ ਪੰਜਾਬ ਦੇ ਪੰਜਾਬ ਦੇ ਸ਼ਹੀਦਾਂ ਦਾ ਪਵਨ ਕਰਦੀ ਆ ਜਾਂ ਦੇਸ਼ ਦੇ ਸ਼ਹੀਦਾਂ ਦਾ ਪਵਨ ਕਰਦੀ ਆ ਸਾਰੀਆਂ ਗੱਲਾਂ ਅਸੀਂ ਉਹਨਾਂ ਚੱਕੀਆਂ ਵਿੱਚ ਦਰਸਾਵਾਂਗੇ ਇਹ ਤਾਂ ਰਹੀ ਗੱਲ ਚੱਕੇ ਦੀ तकरीबन 8000 ਕਰੋੜ ਤੋਂ ਵੱਧ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ ਹੋਏ ਨੇ ਉਸ ਬਾਬਤ ਸੁਪਰੀਮ ਕੋਰਟ ਦਾ ਤੁਸੀਂ ਵੀ ਰੁਕੇਤਾ ਆ ਆਰਡੀਐਫ ਦੇ ਪੈਸੇ ਰੋਕੇ ਹੋਏ ਨੇ ਹੁਣ ਅਗਲਾ ਸਟੈਂਡ ਕੀ ਰਹੇਗਾ ਕੀ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਏਗੀ ਕੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜਾਏਗੀ ਜਾਂ ਕਿਸ ਤਰੀਕੇ ਦੇ ਨਾਲ ਜਿਹੜੇ ਫੰਡ ਰੋਕੇ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਫੰਡ ਭੇਜੇ ਉਸ ਦਾ ਸਹੀ ਵਰਤੋਂ ਨਹੀਂ ਹੋਈ ਉਸ ਦੀ ਤੁਸੀਂ ਬੈਲੈਂਸ ਸ਼ੀਟ ਨਹੀਂ ਦੱਸੀ ਕਿ ਕਿੱਥੇ ਕਿਦਾਂ ਕਿਵੇਂ ਪੈਸੇ ਇਸਤੇਮਾਲ ਹੁੰਦੇ ਨੇ ਜਦੋਂ ਆਰਡੀਐਫ ਦਾ ਪੈਸਾ ਰੋਕਿਆਗਾ ਉਸ ਸਮੇਂ ਕਿਹਾ ਸੀਗਾ ਕਿ ਪੰਜਾਬ ਵਿੱਚ ਪੈਸਿਆਂ ਦੀ ਸਹੀ ਜਿਹੜੀ ਵਰਤੋਂ ਨਹੀਂ ਹੋਈ ਔਰ ਉਹ ਸਰਕਾਰ ਕੀ ਦੀ ਸੀ ਉਹ ਸਹੀ ਵਰਤੋਂ ਨਹੀਂ ਹੋਈ ਪੰਜਾਬ ਵਿੱਚ ਉਦੋਂ ਪੰਜਾਬ ਵਿੱਚ ਬੀਜੇਪੀ ਤੇ ਕਾਲੀ ਦਲ ਦੀ ਸਾਂਝੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਨਾਂ ਦੇ ਸਮੇਂ ਪੈਸੇ ਦੀ ਜਿਹੜੀ ਆ ਦੁਰਵਰਤੋਂ ਦੂਜੇ ਪਾਸੇ ਹੋਈ ਜਾਂ ਕਿ ਜਿੱਥੇ ਭੇਜਿਆ ਗਿਆ ਸੀ ਪੈਸਾ ਉੱਥੇ ਨਹੀਂ ਵਰਤਿਆ ਔਰ ਅਸੀਂ ਆਉਣਸਾਰ ਆਉਣਸਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇੱਕ ਐਕਟ ਪਾਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਪੈਸਾ ਆਊਗਾ ਤਾਂ ਤੁਰੰਤ ਅਸੀਂ ਉਹ ਪੈਸਾ ਜਿੱਥੇ ਵਾਸਤੇ ਅਲੋਟ ਹੋਇਆ ਉੱਥੇ ਹੀ ਲਾਵਾਂਗੇ ਸੋ ਉਸ ਤੋਂ ਬਾਅਦ ਫੇਰ ਰੋਕਣਾ ਉਹ ਇਸ ਕੱਲ ਦਾ ਮਾਨਸਿਕਤਾ ਦਾ ਪ੍ਰਗਟਾਵਾ ਹੈਗਾ ਬੀਜੇਪੀ ਦਾ ਕਿ ਉਹ ਪੰਜਾਬ ਨਾਲ ਜਿਹੜਾ ਹੈਗਾ ਵਿਤਕਰਾ ਕਰ ਰਹੀ ਹੈ ਪੰਜਾਬ ਦੀ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਹੈ ਕਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਕਦੇ ਆਯੂਨ ਬਨ ਭਾਰਤ ਸਕੀਮ ਦੇ ਪੈਸੇ ਕਦੇ ਉਹਦੇ ਬੌਂਡ ਦਾ ਬਹਾਨਾ ਲਾ ਕੇ ਬੋਰਿੰਗ ਰਕਮ ਘਟ ਕਰਨੀ ਕਦੇ ਮੈਂ ਸਮਝਦਾ ਸਾਡੀ ਜਿਹੜੀ ਸੀਸੀਆ ਲਿਮਟ ਦੇ ਵਿੱਚ ਜਿਹੜਾ ਹਿੱਸਾ ਬਣਦਾ ਸੀ ਸੈਂਟਰ ਸਰਕਾਰ ਦਾ ਉਹ ਰੋਕ ਲੈਣਾ ਹੈਗਾ ਕਦੇ ਪੰਜਾਬ ਦਾ ਦੀ ਕਿ ਪੰਜਾਬ ਦੇ ਤੁਸੀਂ ਜਿਹੜੇ 올 ਸਾਡੀ ਸਕੀਮ ਪੈਨਸ਼ਨ ਸਕੀਮ ਆ ਉਹਨੂੰ ਲਾਗੂ ਕਿਉਂ ਕਰਨ ਜਾ ਰਹੇ ਹੋ ਤੁਹਾਡੀ ਫਿਰ ਜਿਹੜੀ ਬੋਰਿੰਗ ਲਿਮਿਟ ਘਟਾ ਦਿੱਤੀ ਸੋ ਲਗਾਤਾਰ ਪੰਜਾਬ ਦੀ ਆਰਥਿਕਤਾ ਨੂੰ ਤੋੜਨ ਦਾ ਯਤਨ ਜਿਹੜਾ ਉਹ ਬੀਜੇਪੀ ਦੀ ਸਰਕਾਰ ਕਰ ਰਹੀ ਆ ਪੰਜਾਬ ਦੇ ਲੋਕ 2024 'ਚ ਜਵਾਬ ਦੇਣਗੇ ਔਰ ਦੇਸ਼ ਦੇ ਲੋਕ ਵੀ ਇਸ ਸਮਾਜ ਦਾ ਜਵਾਬ ਦੇਣਗੇ ਕਦੇ ਵੀ ਅਮਰਜੈਂਸੀ ਪੰਜਾਬ 'ਚ ਕੀ ਕਰ ਨਹੀਂ ਕਰਦਾ ਹੁੰਦਾ ਕੀ ਪੰਜਾਬ ਚ ਆਰਥਿਕ ਅਮਰਜੈਂਸੀ ਵਾਲੇ ਹਾਲਾਤ ਤਾਂ ਨਹੀਂ ਬਣ ਜਾਣਗੇ ਕਿਉਂਕਿ 2300 ਕਰੋੜ ਰੁਪਇਆ ਤੁਹਾਡਾ ਜਿਹੜਾ ਵੱਧ ਕਰਜ਼ ਲੈਣਾ ਹੁੰਦਾ ਉਹ ਰੋਕ ਦਿੱਤਾ ਕਹਿ ਦਿੱਤਾ ਕਿ ਕੋਲੇ ਜਿਹੜਾ ਤੋ ਤੁਹਾਡੇ ਵੱਲੋਂ ਤਰਕ ਦਿੱਤਾ ਜਾ ਰਿਹਾ ਸੀ ਕਿ ਵਿਦੇਸ਼ੀ ਕੋਲਾ ਜਿਹੜਾ ਲੈਂਦਾ ਉਸ ਕਰਕੇ ਹੈ ਤਾਂ ਪੰਜਾਬ ਅਮਰਜੈਂਸੀ ਆਰਥਿਕ ਵਾਲੇ ਪਾਸੇ ਤਾਂ ਨਹੀਂ ਜਾ ਰਿਹਾ ਦੇਖੋ ਬਿਲਕੁਲ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਬਿਲਕੁਲ ਅੱਛੇ ਤਰੀਕੇ ਦੇ ਨਾਲ ਬਚਾ ਕੇ ਰੱਖਾਂਗੇ ਪਰ ਲੇਕਿਨ ਦੂਜੇ ਪਾਸੇ ਕੇਂਦਰ ਜਿਹੜੀ ਆ ਉਹ ਲਗਾਤਾਰ ਯਤਨ ਕਰ ਰਹੀ ਹੈ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਕਿਵੇਂ ਕਮਜ਼ੋਰ ਕੀਤਾ ਜਾਵੇ ਪੰਜਾਬ ਦੇ ਸਾਧਨਾਂ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੀ ਆਰਥਿਕ ਤਰੱਕੀ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਨੂੰ ਮਤਲਬ ਖਤਮ ਕਰਨ ਦੀ ਇੱਕ ਸਾਜਿਸ਼ ਜਿਹੜੀ ਆ ਉਹ ਬੀਜੇਪੀ ਰਾਜ ਰਹੀ ਆ ਸੋ ਇਹਦਾ ਲੋਕ ਵੀ ਜਵਾਬ ਦੇਣਗੇ ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਪਹਿਲਾਂ ਤਾਂ ਸਾਰੇ ਸਟੇਟਾਂ ਨੂੰ ਕਿਹਾ ਗਿਆ ਸੈਂਟਰ ਸਰਕਾਰ ਨੇ ਕਿ ਤੁਸੀਂ ਜਿਹੜਾ ਵਿਦੇਸ਼ੀ ਕੋਲਾਗਾ ਉਹ ਆਪਣੇ ਥਰਮਲ ਪਲਾਂਟਾਂ 'ਚ ਵਰਤੋ ਅਸੀਂ 4000 ਕਰੋੜ ਦਾ ਕੋਲਾ ਜਿਹੜਾ ਉਹ ਪਾਵਰ ਕੰਪਨੀ ਪਰਚੇਸ ਕੀਤਾ ਸੋ ਅੱਜ ਉਹ 4000 ਕਰੋੜ ਦਾ ਘਾਟਾ ਪੈ ਗਿਆ ਹੁਣ ਕਹਿੰਦੇ ਨੇ ਘਾਟਾ ਕਿਉਂ ਪੈ ਗਿਆ ਸੋ ਮੈਂ ਸਮਝਦਾ ਉਹ ਜਾਣ ਬੁੱਝ ਕੇ ਪੰਜਾਬਾ ਪੰਜਾਬ ਪੰਜਾਬਾ ਚਾਹੇ ਜਾਂ ਦੂਜੇ ਦੇਸ਼ ਦੇ ਹੋਰ ਅਨੰਨੇ ਸਟੇਟ ਜਿੱਥੇ ਆਪੋਜੀਸ਼ਨ ਦੀ ਸਰਕਾਰਾਂ ਨੇ ਉਥੇ ਲਗਾਤਾਰ ਬੀਜੇਪੀ ਜਿਹੜੀ ਉਹ ਵਿਤਕਰਾ ਪੜਾ ਰਹੀ ਹੈ ਦੂਸਰਾ ਤੁਸੀਂ ਕਹਿ ਰਹੇ ਹੋ ਕਿ ਕੇਂਦਰ ੱਤਕਾ ਕਰ ਰਿਹਾ ਹੈ ਕੱਲ ਕੇਂਦਰ ਦੇ ਮੰਤਰੀ ਚੰਡੀਗੜ੍ਹ ਆ ਰਹੇ ਹਨ ਪਾਣੀ ਪੰਜਾਬ ਦੀ ਲਾਈਫਲਾਈਨ ਹੈ ਔਰ ਸੁਪਰੀਮ ਕੋਰਟ ਪਹਿਲਾਂ ਹੀ ਪੰਜਾਬ ਦੇ ਅਗੇਂਸਟ ਫੈਸਲਾ ਸੁਣਾ ਚੁੱਕੀ ਹੈ ਤਾਂ ਅਜੇ ਹੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਕੱਲ ਐਸਆਈਐਲ ਦੇ ਮੁੱਦੇ ਤੇ ਪੰਜਾਬ ਨੂੰ ਕੋਈ ਝਟਕਾ ਦੇਗਾ ਦੇਖੋ ਪੰਜਾਬ ਆਪਣੇ ਹੱਕ ਲੈਣਾ ਜਾਣਦਾ ਹੈਗਾ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਲੜਾਈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਡਟ ਕੇ ਲੜੀ ਆ ਸੋ ਪੰਜਾਬ ਦੇ ਲੋਕ ਇਸ ਵਾਰ ਵੀ ਲੜਨਗੇ ਇੱਕ ਵੀ ਬੂੰਦ ਪਾਣੀ ਜਿਹੜੀ ਆ ਉਹ ਕਿਸੇ ਹੋਰ ਸੂਬੇ ਨੂੰ ਦੇਣ ਲਈ ਪੰਜਾਬ ਕੋਲੇ ਨਹੀਂ ਹੈਗੀ ਪੰਜਾਬ ਦਾ ਤਾਂ ਆਪਣੀ ਧਰਤੀ ਦੇ ਹੇਠਲਾ ਪਾਣੀ ਖਤਮ ਹੋ ਗਿਆ ਸਾਡੇ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਨੂੰ ਜਾ ਰਿਹਾ ਸੀ ਕਿੱਥੋਂ ਪਾਣੀ ਪੀਵਾਂਗੇ ਸਾਡੇ ਕੋਲੇ ਤਾਂ ਖੇਤਾਂ ਨੂੰ ਡੋਣ ਵਾਲਾ ਪਾਣੀ ਤਾਂ ਮੈਂ ਸਮਝਦਾ ਬਹੁਤ ਦੂਰ ਦੀ ਗੱਲ ਸਾਡੇ ਕੋਲ ਪੀਣ ਵਾਲਾ ਪਾਣੀ ਦੀ ਬਚਣਾ ਹੈਗਾ ਸੋ ਇਸ ਗੱਲ ਕਰਕੇ ਬਿਲਕੁਲ ਪੰਜਾਬ ਦਾ ਸਪੱਸ਼ਟ ਸਟੈਂਡ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦਾ ਸਪੱਸ਼ਟ ਪਹਿਲਾਂ ਵੀ ਕਈ ਵਾਰ ਕੀਤਾਗਾ ਕਿ ਸਾਡੇ ਕੋਲੇ ਭਾਈ ਦੇਣ ਲਈ ਪਾਣੀ ਹੈ ਨਹੀਂ ਸੋ ਬਿਲਕੁਲ ਜਿਹੜੀ ਐਸਵਾਈਐਲ ਲਹਿਰ ਹੈ ਜਿਹਨੂੰ ਬਿਲਕੁਲ ਬੰਦ ਹੋ ਜਾਣ ਚਾ ਫਿਰ ਪਾਣੀ ਦੇਖਾਂਗੇ ਇਹ ਕੱਲ ਦੀ ਮੀਟਿੰਗ ਚ ਫਾਰਮੂਲਾ ਕੀ ਰਹੇਗਾ ਦੇਖੋ ਬਿਲਕੁਲ ਸਾਡਾ ਸਪਸ਼ਟਾ ਕਿ ਸਾਡੇ ਕੋਲੇ ਪਾਈ ਪਾਣੀ ਹੈ ਨਹੀਂ ਨਾ ਅਸੀਂ ਕਬੂਨ ਦੇ ਸਕਦੇ ਨਾ ਹੀ ਸਾਡੇ ਕੋਲੇ ਪਾਣੀ ਹੈਗਾਗਾ ਸੋ ਇਸ ਗੱਲ ਕਰਕੇ ਇਹ ਜਿਹੜੇ ਜਿਹੜੀ ਵੀ ਇਹ ਸਕੀਮ ਹੈ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਪੰਜਾਬ ਦੇ ਪਾਣੀ ਨੂੰ ਪ੍ਰੋਟੈਕਟ ਕੀਤਾ ਜਾਵੇ ਧੰਨਵਾਦ ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕੇ ਪਾਈ ਨਿਊਜ਼ 18 ਚੰਡੀਗੜ੍ਹ